ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਨਵੀਂ ਵੀਡੀਓ 'ਚ। ਸਾਰੀ ਨਵੀਂ ਵੀਡੀਓ ਨੂੰ ਦੇਖਣ ਵਾਲੇ ਜਿੰਨੇ ਵੀ ਸੱਜਣ ਵੇਲੀ ਹੈ, ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਸੈਰ ਕਰਾਉਣੀ ਹੈ ਜੀ ਮਾਊਂਟ ਆਬੂ ਦੀ। ਅਤੇ ਜੱਸਾ ਜੱਸੇ ਮੈਟ ਮੁੜ ਝਾੜ ਗੱਡੀ ਦੇ, ਲੈ ਜੱਸਾ ਅੱਜ ਪਹਿਲੀ ਵਾਰੀ ਕੰਮ ਕਰਨ ਲੱਗਿਆ। ਚਲੋ ਆਪਾਂ ਰੁਕੇ ਸੀ ਜੀ ਇਸ ਹੋਟਲ ਦੇ ਵਿੱਚ ਨਾਈਟ ਸਟੇਅ, ਤੁਸੀਂ ਦੇਖ ਸਕਦੇ ਹੋ ਚੌਧਰੀ ਪੈਲਸ ਹੈਗਾ ਇਹਦਾ ਨਾਮ। ਅਤੇ ਅੱਜ ਆਪਾਂ ਜਾਣਾਗਾ ਜੀ ਮਾਊਂਟ ਆਬੂ, ਅਤੇ ਉੱਥੇ ਜਾ ਕੇ ਜਿਹੜੀਆਂ ਜਿਹੜੀਆਂ ਪਲੇਸਿਸ ਹੋਣੀਆਂ ਤੁਹਾਨੂੰ ਘੁਮਾਉਣ ਵਾਲੀਆਂ, ਉਹ ਸਾਰੀਆਂ ਪਲੇਸਿਸ ਤੁਹਾਨੂੰ ਘੁਮਾਉਣੀਆਂ ਨੇ। ਮੁੰਡੇ ਹੋ ਚੁੱਕੇ ਆ ਤਿਆਰ ਬਾਰ ਤਿਆਰ। ਹਾਂ ਬਈ ਹੋ ਗਿਆ ਤਿਆਰ ਮੈਡ ਮੈਡ ਮੁੜ ਝਾੜ ਤੇ ਗੱਡੀ ਦੇ। ਚੱਲ ਕੱਪੜਾ ਮਾਰ ਫਿਰ, ਮਾਰੇਗਾ ਮਾਰੇਗਾ, ਹਾਂ ਕੱਪੜਾ ਗੱਡੀ 'ਚ ਪਿਆ, ਉਹਨੇ ਵੀ ਕਹਿਤਾ ਹੁਣ ਤਾਂ ਕੱਪੜਾ ਮਾਰ, ਦੱਸੇ ਕੱਪੜਾ ਮਾਰਨਾ ਪੈਣਾ, ਗੱਡੀ ਸਾਫ਼ ਕਰ ਹੁਣ। ਮੁੰਡਾ ਸਿਆਣਾ ਵੈਸੇ, ਐਂ ਤਾਂ ਚਲੋ ਹਾਸੀਆਂ ਖੇਡੀਆਂ ਐਂ ਚੱਲਦੀਆਂ ਰਹਿਣਗੀਆਂ, ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ। ਅਤੇ ਆਪਾਂ ਕੁਛ ਖਾਣਾ ਪੀਣਾ ਹਜੇ ਦੇਖਦੇ ਹਾਂ ਕਿ ਅੱਗੇ ਜਾ ਕੇ, ਤਕਰੀਬਨ ਕਿੰਨਾ ਟਾਈਮ ਹੋ ਗਿਆ, 10 ਕੁ ਵੱਜ ਚੁੱਕੇ ਹੈਗੇ, 10 ਵਜੇ ਚੱਲੇ ਹਾਂ ਜੱਸਾ ਲੱਗ ਗਿਆ ਗੱਡੀ ਸਾਫ਼ ਕਰਨ। ਅਤੇ ਜਾਂਦੇ ਹੋਏ ਕੁਛ ਨਾ ਕੁਛ ਬ੍ਰੇਕਫਾਸਟ ਕਰਦੇ ਹਾਂਗੇ। ਇਹਨਾਂ ਦਾ ਬ੍ਰੇਕਫਾਸਟ ਜਿਹੜਾ ਸੀਗਾ ਉਹ ਥੋੜ੍ਹਾ ਜਿਹਾ ਲੇਟ ਸ਼ੁਰੂ ਹੋਊਗਾ, ਅਤੇ 11 ਕੁ ਵਜੇ ਸ਼ੁਰੂ ਕਰਨਾ ਹੈਗਾ ਸੀ, ਅਤੇ ਕਿਉਂਕਿ ਅਰਲੀ ਮੋਰਨਿੰਗ ਸ਼ਾਇਦ ਇੱਥੇ ਕੋਈ ਨਹੀਂ ਆਉਂਦਾ ਹੋਣਾ, ਸੋ ਇਹਨਾਂ ਦਾ ਹੋਣਾ ਹਿਸਾਬ ਕਿਤਾਬ, ਕਿਉਂਕਿ ਨਹੀਂ ਤਾਂ ਮੋਸਟਲੀ ਜਿਹੜਾ ਬ੍ਰੇਕਫਾਸਟ 7-8 ਵਜੇ ਨੂੰ ਸਾਰੇ ਹੋਟਲਾਂ ਦੇ ਵਿੱਚ ਲੱਗ ਜਾਂਦਾ ਹੁੰਦਾ। ਅਤੇ ਇੱਕ ਵਾਰੀ ਤੁਹਾਨੂੰ ਦਿਖਾ ਦਾਂ ਲੋਕੇ ਦੀ, ਇਹ ਵਾਲਾ ਜੀ ਹੋਟਲ ਜਿੱਥੇ ਆਪਾਂ ਰਾਤ ਨੂੰ ਰਹੇ ਸੀ, ਇਹ ਆਪਣੀ ਗੱਡੀ ਜੱਸਾ ਕਰ ਰਿਹਾ ਸਾਫ਼ ਸਫਾਈਆਂ, ਕਿਆ ਬਾਤ ਹੈ ਜੀ। ਵੈਸੇ ਲੋਕੇਸ਼ਨ ਬਹੁਤ ਵਧੀਆ ਦੋਸਤ, ਤੁਸੀਂ ਤਾਂ ਰਹਿ ਸਕਦੇ, ਰੂਮ ਵਗੈਰਾ ਤੁਸੀਂ ਦੇਖੀ ਆ ਵੀਡੀਓ ਸਾਰਿਆਂ ਨੇ, ਕਿਆ ਬਾਤਾਂ ਨੇ, ਮਾਹੌਲ ਪੂਰਾ ਸਜਿਆ ਹੋਇਆ ਦੋਸਤੋ। ਯਾਰ ਬਿੱਲੀਆਂ ਦੇ ਨਾਲ ਜਿਹੜਾ ਇੰਜੋਇਮੈਂਟ ਹੁੰਦਾ ਉਹ ਕਿਤੇ ਨਹੀਂ ਮਿਲਦਾ। ਆ ਜਾਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਅੱਗੇ। ਲੋ ਵੀ ਦੋਸਤੋ ਗੱਡੀ ਪਾਲੀ ਆਪਾਂ ਮਾਊਂਟ ਆਬੂ ਵਾਲੇ ਰਾਹ ਨੂੰ, ਆ ਜਾਓ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮਾਊਂਟ ਆਬੂ। ਰੋਡ ਰਾਡ ਵਧੀਆ ਬਣੀ ਹੋਈ ਹੈ ਜੀ, ਗੱਲ ਨਹੀਂ 91 ਰਸਤਾ ਸਾਰੇ ਪਾਸੇ। ਜੱਸੇ ਰੋਡ ਵਾਲਾ ਨਜ਼ਾਰਾ ਹੈਗਾ ਪੂਰਾ, ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ, ਰੋਡ ਬਹੁਤ ਵਧੀਆ ਨੇ। ਜੇ ਤੁਸੀਂ ਟੋਲ ਟੈਕਸ ਪੇ ਕਰਦੇ ਹੋ ਨਾ ਇੱਥੇ ਤਾਂ ਉਹਦਾ ਮੁੱਲ ਮੁੜਦਾ, ਇਹ ਨਹੀਂ ਹੈਗਾ ਤੁਹਾਨੂੰ ਥਾਂ ਥਾਂ ਟੋਏ ਮਿਲਣਗੇ ਜਾਂ ਕੋਈ ਹੋਰ ਹਿਸਾਬ ਕਿਤਾਬ, ਇਹੋ ਜਿਹਾ ਕੋਈ ਸਿਸਟਮ ਨਹੀਂ ਹੋਊਗਾ। ਲਓ ਜੀ ਜੀ ਦੋਸਤੋ, ਮਾਊਂਟ ਆਬੂ ਰਹਿ ਗਿਆ ਆਪਣਾ ਸਿਰਫ 14-15 ਕਿਲੋਮੀਟਰ, ਅਤੇ ਸਾਰੇ ਸੱਜਣ ਬੇਲੀ ਨਾਲ ਜੁੜੇ ਰਹੋ, ਤੁਹਾਨੂੰ ਦਿਖਾਉਂਦੇ ਹਾਂ ਹੁਣ ਮਾਊਂਟ ਆਬੂ। ਢਾਬਾ ਢੂਬਾ ਸਾਨੂੰ ਕੋਈ ਮਿਲਿਆ ਨਹੀਂ ਰਸਤੇ 'ਚ, ਅਤੇ ਆਹ ਉਤਰਿਆ ਤੈਨੇ ਫੋਟੋਆਂ ਕਰਾਉਣ ਨੂੰ, ਫੋਟੋ ਕਰਾਉਣੀ ਆ, ਮੈਂ ਤਾਂ ਕਰਦਾ ਨਹੀਂ, ਚੱਲ ਕਰ ਦਿੰਦਾ। ਲਓ ਜੀ ਮੈਂ ਕਹਿੰਦਾ ਪੁਲ ਦੇ ਉੱਤੋਂ ਦੀ ਵੀ ਕਿਆ ਬਾਤਾਂ ਹੀ ਨੇਗੀਆਂ, ਪੁਲ ਪਲ ਪੂਰੇ ਸੋਹਣੇ ਬਣਾਏ ਹੋਏ ਨੇਗੇ। ਅਤੇ ਸਾਹਮਣੇ ਆ ਗਿਆ ਜੀ ਮਾਊਂਟ ਆਬੂ ਵਾਲੇ ਪਹਾੜ ਜਿਹੜੇ ਤੁਸੀਂ ਦੇਖ ਰਹੇ ਹੋ, ਵੀ ਰੋਟੀ ਪਾਣੀ ਖਾ ਲਿਆ ਸੀ, ਅਤੇ ਇਹਦਾ ਨਾਂ ਦੇਖਿਆ ਨਹੀਂ ਸੀ, ਪਤਾ ਨਹੀਂ ਕਿਹੜਾ, ਤੁਹਾਨੂੰ ਭੁੱਖ ਬਹੁਤ ਲੱਗੀ ਹੋਈ ਸੀ, ਜੈਸੇ ਭੁੱਖ ਬਹੁਤ ਲੱਗੀ ਸੀ ਨਾ। ਅਤੇ ਹੁਣ ਅਸੀਂ ਪੀਣ ਲੱਗੇ ਹਾਂ ਜੀ ਕੌਫੀ, ਕਿਆ ਵੱਧ ਲਾਵਟਾਂ ਜੀ ਉੱਠਦੀਆਂ, ਦੇਖ ਥੋੜ੍ਹੀਆਂ ਥੋੜ੍ਹੀਆਂ ਜੀਆਂ। ਆਹ ਇਹਨਾਂ ਦਾ ਅੰਦਰੋਂ ਰੈਸਟੋਰੈਂਟ ਆ,
ਰੋਟੀ ਪਾਣੀ ਉਹਦਾ ਸਾਨੂੰ ਸਿਰਾ ਸੀ ਸਿਰਾ। ਮੈਂ ਕਹਿੰਦਾ ਜਮਾਂ ਘਰ ਵਰ ਗਿਆ ਸੀਗਾ ਸਾਫ, ਆਪਣਾ ਜਿਹੜਾ ਟੇਸਟ ਵਗੈਰਾ ਸੀਗਾ ਹਿਸਾਬ ਕਿਤਾਬ ਇਹਨਾਂ ਦਾ ਪੂਰਾ। ਜਮਾਂ ਓਕੇ, ਕੋਈ ਪਰੌਂਠਿਆਂ ਨੂੰ ਘਿਓ ਨਹੀਂ ਲਾਇਆ ਸੀ ਫਾਲਤੂ। ਮੈਂ ਕਹਿੰਦਾ ਵੀ ਓਕੇ ਰਿਪੋਰਟ ਸੀਗੀ ਇਹ, ਤੁਹਾਨੂੰ ਨਾਮ ਜਿਹਾ ਪੜ੍ਹ ਕੇ ਦੱਸਦਾ ਕਿਹੜਾ ਹੈਗਾ ਇੱਥੇ। ਜੇ ਤੁਸੀਂ ਮਾਊਂਟ ਆਬੂ ਆਉਂਦੇ ਤਾਂ ਇੱਥੇ ਰੁਕ ਜਿਓ। ਇਹ ਜਿਹੜਾ ਮਾਨ ਸਰੋਵਰ ਆਪਣਾ ਝੀਲ ਜੀ ਆਉਂਦੀ ਹੈਗੀ, ਅਤੇ ਉੱਥੇ ਜਿਹੜਾ ਆਪਣਾ ਕੁਟੀਆ ਜੀ ਬਣੀ ਹੋਈ ਹੈ ਨਾ, ਉਹ ਤੋਂ ਮਤਲਬ 1-2 ਕਿਲੋਮੀਟਰ ਅੱਗੇ ਜਾ ਕੇ ਹੀ ਹੈਗਾ ਖੱਬੇ ਪਾਸੇ, ਜੋ ਤੁਸੀਂ ਮਾਊਂਟ ਆਬੂ ਨੂੰ ਜਾਂਦੇ ਹੋਵੇ। ਵਧੀਆ ਹਿਸਾਬ ਕਿਤਾਬ ਹੈ ਇਹਨਾਂ ਦਾ, ਖਾ ਕੇ ਟਰਾਈ ਕਰਿਓ ਜ਼ਰੂਰ ਇੱਥੇ। ਹੋਟਲ ਕੈਂਡਲਵੁੱਡ ਆ ਜੀ, ਆਹ ਦੋ ਬੰਦੇ ਖੜ੍ਹੇ ਹੈਗੇ, ਇਹਨਾਂ ਦਾ ਢਾਬਾ ਉਰੇ ਕਮਰੇ ਮਿਲਦੇ ਆ, ਅਤੇ ਜਿਹੜੇ ਰੇਟ ਵਗੈਰਾ ਨੇ ਵਧੀਆ ਨੇਗੇ, ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ। ਪਾਰਕਿੰਗ ਵਧੀਆ ਹੈਗੀ ਇੱਥੇ, ਆਪਣੇ ਵਾਲੀ ਖੜ੍ਹੀ ਹੈਗੀ, ਪਾਰਕਿੰਗ ਬਹੁਤ ਜ਼ਿਆਦਾ। ਉਹ ਸਾਹਮਣੇ ਹੈਗਾ ਮਾਊਂਟ ਆਬੂ, ਅਤੇ ਇੱਥੇ ਹੈਗਾ ਗਾ ਆਪਣਾ ਹੋਟਲ ਕੈਂਡਲਵੁੱਡ। ਰੋਟੀ ਪਾਣੀ ਬਹੁਤ ਵਧੀਆ ਸੀ ਇਹਨਾਂ ਦਾ, ਹਿਸਾਬ ਕਿਤਾਬ ਜਮਾਂ ਓਕੇ ਹੈਗਾ। ਤੁਸੀਂ ਵੀ ਵਿਜ਼ਿਟ ਕਰਿਓ ਇੱਕ ਵਾਰੀ, ਕੋਈ ਚੱਕਰ ਵਾਲੀ ਗੱਲ। ਲੋ ਵੀ ਦੋਸਤੋ, ਮਾਊਂਟ ਆਬੂ ਪਹੁੰਚ ਚੁੱਕੇ ਹਾਂ ਆਪਾਂ, ਅਤੇ ਇਹ ਹੈਗੇ ਮਾਊਂਟ ਆਬੂ ਦੀ ਮਾਰਕੀਟ, ਅਤੇ ਉਹ ਸਾਹਮਣੇ ਹੈਗੀ ਹੈਗੀ ਝੀਲ। ਆਹ ਹੈਗੇ ਆ ਗੱਭਰੂ ਕਹਿੰਦੇ ਪੰਜਾਬ ਵਾਲੇ। ਸੋ ਚਲੋ, ਬਾਕੀ ਹੱਸੀਆਂ ਖੇਡੀਆਂ ਗੱਲਾਂ ਬਾਤਾਂ ਤਾਂ ਚੱਲਦੀਆਂ ਰਹਿਣੀਆਂ ਨੇਗੀਆਂ। ਅਤੇ ਜੇ ਆਪਾਂ ਵੈਦਰ ਦੀ ਗੱਲ ਕਰੀਏ, ਠੰਡੀ ਠੰਡੀ ਜਿਹੀ ਹਵਾ ਗਈ, ਮੰਨ ਲਾ ਸਵੀਟ ਜਿਹੀ ਹਵਾ ਨਹੀਂ ਕਹਿੰਦੇ ਜਿਵੇਂ ਆਪਾਂ, ਸਵੀਟ ਜਿਹੀ ਯਾਰ, ਹੈ ਨਾ, ਉਹ ਬਹੁਤ ਬਹੁਤ ਵਧੀਆ ਮੌਸਮ ਹੈਗਾ, ਨਾ ਗਰਮੀ ਆ ਨਾ ਠੰਡਾ। ਆਹ ਬਸ ਥੋੜ੍ਹੀ ਜਿਹੀ ਫੋਟੋਆਂ ਜੀਆਂ ਕਰਾਉਣ ਵਾਸਤੇ ਪਾਈ ਸੀ ਜੈਕਟ। ਚਲੋ, 4 ਫੋਟੋਆਂ ਵਧੀਆ ਆ ਜਾਣੀਆਂ ਤੁਹਾਡੇ ਵੇਲੇ। ਕਿਉਂ ਦੱਸਿਆ ਵੈਦਰ ਵੂਦਰ ਕਿਵੇਂ ਆ? ਘੈਂਟ ਗੱਲਬਾਤ ਆ ਨਾ, ਇਨਵਾਇਰਮੈਂਟ ਸਿਰੇ ਹੀ ਲੱਗਿਆ ਪਿਆ, ਹੈ ਨਾ। ਹਾਂ, ਐਵਰੇਜ ਵੈਦਰ ਹੈਗਾ। ਅਤੇ ਆਜੋ ਹੁਣ ਤੁਹਾਨੂੰ ਲੈ ਕੇ ਜਾਂਦੇ ਹਾਂ ਗਾਂਧੀ ਵਾਟਿਕਾ ਨੱਕੀ ਝੀਲ ਦੇ ਵਿੱਚ। ਕਿਆ ਬਾਤ ਹੈ ਜੀ, ਲਓ ਬਈ ਨੱਕੀ ਝੀਲ। ਲਾਸਟ ਟਾਈਮ ਜਦੋਂ ਆਪਾਂ ਗੁਜਰਾਤ ਟ੍ਰਿਪ ਦੇ ਉੱਤੇ ਆਏ ਸੀਗੇ, ਜਦੋਂ ਆਪਾਂ ਇਸਰੋ ਦੇ ਵਿੱਚ ਗਏ ਸੀਗੇ, ਜਿਹੜਾ ਇਸਰੋ ਵਾਲਿਆਂ ਦਾ ਰੋਕਟ ਰੁਕਟ ਜਿੱਥੇ ਬਣਦੇ ਮਿਊਜ਼ੀਅਮ ਵਿੱਚ ਤੁਹਾਨੂੰ ਦਿਖਾਇਆ ਸੀ, ਉਦੋਂ ਆਪਾਂ ਇੱਥੇ ਆਏ ਸੀਗੇ। ਉਦੋਂ ਬਾਅਦ 'ਚੋਂ ਫਿਰ ਕਿਸਮਤ ਅੱਜ ਇੱਕ ਵਾਰੀ ਆਪਾਂ ਨੂੰ ਮਾਊਂਟ ਆਬੂ ਦੇ ਇਸ ਨੱਕੀ ਝੀਲ ਦੇ ਉੱਤੇ ਦੁਬਾਰਾ ਲੈ ਕੇ ਆਈ ਆ। ਪਹਿਲਾਂ ਆਪਾਂ ਉਦੋਂ ਮੋਰਨਿੰਗ ਆਏ ਸੀ, ਉਦੋਂ ਬੋਟ ਵਾਟ ਸ਼ੁਰੂ ਨਹੀਂ ਹੋਈ ਸੀ, ਅੱਜ ਦੁਪਹਿਰਾ ਜਿਹਾ ਹੋਇਆ ਪਿਆ ਹੈਗਾ। ਕਿੰਨੇ ਵੱਜ ਗਏ? ਉਹਨੂੰ 12:30 ਦੇ, 12:15 ਤਕਰੀਬਨ ਜਿਹੜਾ ਟਾਈਮ ਆ ਉਹ ਹੋਇਆ ਹੋਇਆ ਹੈਗਾ। ਅਤੇ ਹੁਣ ਦੇਖਦੇ ਹਾਂ ਕਿਸ਼ਤੀਆਂ ਕੁਸ਼ਤੀਆਂ ਦੇ ਵਿੱਚ ਜੇ ਸਿਸਟਮ ਬਣਦਾ ਫਿਰ ਵਧੀਆ ਆਪਾਂ ਤੁਹਾਨੂੰ ਇੰਜੋਏ ਕਰਾਉਂਦੇ ਹਾਂ ਝੀਲ 'ਚ। ਹੁਣ ਤੁਹਾਨੂੰ ਦਿਖਾਉਂਦੇ ਹਾਂ ਝੀਲ ਦਾ ਨਜ਼ਾਰਾ। ਲੈ ਵੀ ਆ ਜਾਓ, ਆਹ ਜੀ ਝੀਲ ਆ, ਨੱਕੀ ਲੇਕ। ਕਿਆ ਬਾਤ ਹੈ, ਆਹ ਮੁੰਡੇ ਕਰੀ ਜਾਂਦੇ ਆ ਬੋਟਿੰਗ, ਉਹ ਵੀ ਬੋਟਿੰਗ ਕਰੀ ਜਾਂਦੇ ਆ। ਪੈਡਲ ਬੋਟ ਵਾਲੇ